ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਿੰਦਰਾਬੰਦ ਦਾ ਮੁੰਚੀ ਸੀ ਜਿਸ ਨੇ ਗੁਰਸਿੱਖ ਨਾਲ ਮਿਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਉਹ ਗੁਰਸਿੱਖ ਬਣ ਗਿਆ ਅਤੇ ਸਵੇਰੇ ਸ਼ਾਮ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗਾ ਉਸ ਦਾ ਇੱਕ ਰਸੋਈਆ ਬ੍ਰਾਹਮਣ ਸੀ ਇੱਕ ਦਿਨ ਉਸ ਰਸੋਈਏ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਤੇ ਨਾਲ ਦਸਤ ਲੱਗ ਗਏ ਦਾ ਕੇ ਪੇਟ ਖਰਾਬ ਹੋ ਗਿਆ ਹਾਲਤ ਬਹੁਤ ਜ਼ਿਆਦਾ ਖਰਾਬ ਜਦੋਂ ਮੁੰਛੀ ਅਮਰਿਤ ਵੇਲੇ ਪਾਠ ਕਰਨ ਲੱਗਾ ਤਾਂ ਉਸਨੇ ਰਸੋਈਏ ਨੂੰ ਕਿਹਾ ਕਿ ਜੇਕਰ ਤੈਨੂੰ ਦਵਾਈ ਪਾਣੀ ਜਾਂ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਮੈਨੂੰ ਦੱਸ ਦੇ ਕਿਉਂਕਿ ਜਦੋਂ ਮੈਂ ਪਾਠ ਕਰਨ ਬੈਠ ਗਿਆ ਤਾਂ ਮੈਂ ਵਿੱਚੋਂ ਨਹੀਂ ਉੱਠਣਾ ਉਹ ਪਾਠ ਕਰਦਾ ਰਿਹਾ ਇੰਨੇ ਵਿੱਚ ਬ੍ਰਾਹਮਣ ਦੇ ਮੰਜੇ ਤੇ ਹੀ ਪ੍ਰਾਣ ਨਿਕਲ ਗਏ ਪਾਠ ਦੀ ਸਮਾਪਤੀ ਤੋਂ ਬਾਅਦ ਮੁਨਚੀ ਨੇ ਜਦੋਂ ਉਸ ਬ੍ਰਾਹਮਣ ਨੂੰ ਹਿਲਾਇਆ ਤਾਂ ਵੇਖਿਆ ਕਿ ਉਹ ਤਾਂ ਸਰੀਰ ਛੱਡ ਚੁੱਕਾ ਸੀ। ਮੰਜਾ ਵੀ ਲਿਬੜਿਆ ਪਿਆ ਸੀ ਕਿਉਂਕਿ ਪੇਟ ਖਰਾਬ ਸੀ। ਬ੍ਰਾਹਮਣ ਦਾ ਸੰਸਕਾਰ ਕਰ ਦਿੱਤਾ ਗਿਆ। ਪਰ ਮੁਨਚੀ ਦੇ ਮਨ ਵਿੱਚ ਇੱਕ ਗੰਢ ਵੱਜ ਗਈ ਕਿ ਇੱਕ ਤਾਂ ਇਸ ਦੇ ਸਵਾਸ ਮੰਜੇ ਤੇ ਨਿਕਲੇ ਹਨ, ਦੂਸਰਾ ਗੰਦਗੀ ਵਿੱਚ ਨਿਕਲੇ ਹਨ। ਇਹ ਜ਼ਰੂਰ ਭੂਤ-ਪ੍ਰੇਤ ਦੀ ਜੂਨ ਵਿੱਚ ਪਿਆ ਹੋਵੇਗਾ। ਕਿਉਂਕਿ ਸਾਡੇ ਇੱਥੇ ਖਿਆਲ ਕੀਤਾ ਜਾਂਦਾ ਹੈ ਨਾ ਕਿ ਜਿਸ ਦੇ ਮੰਜੇ ਤੇ ਪ੍ਰਾਨ ਨਿਕਲ ਜਾਣ ਉਸ ਦੀ ਗਤੀ ਨਹੀਂ ਹੁੰਦੀ। ਕਈ ਲੋਕ ਤਾਂ ਇੱਥੋਂ ਤੱਕ ਵਹਿਮ ਕਰਦੇ ਹਨ ਕਿ ਕੋਈ ਬਹੁਤਾ ਬਿਮਾਰ ਹੋਵੇ, ਬਚਨ ਦੀ ਉਮੀਦ ਨਾ ਹੋਵੇ ਤਾਂ ਉਸ ਨੂੰ ਮੰਜੇ ਤੋਂ ਥੱਲੇ ਲਾ ਦੇਣਾ ਚਾਹੀਦਾ ਹੈ। ਬ੍ਰਾਹਮਣ ਦਾ ਅੰਤਮ ਸੰਸਕਾਰ ਕਰਕੇ ਮੁੰਚੀ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਤੇ ਅਰਦਾਸ ਕੀਤੀ, "ਹੇ ਸੱਚੇ ਪਾਤਸ਼ਾਹ" ਮੇਰੇ ਰਸੋਈਏ ਦਾ ਕੀ ਬਣਿਆ ਹੋਵੇਗਾ ਉਸ ਦੀ ਆਤਮਾ ਭਟਕ ਰਹੀ ਹੋਵੇਗੀ ਮੈਨੂੰ ਬਹੁਤ ਚਿੰਤਾ ਲੱਗੀ ਹੋਈ ਹੈ ਇਹ मुੰਚੀ ਰਾਤ ਵੇਲੇ ਅਰਦਾਸ ਕਰਕੇ ਜਦੋਂ ਸੁੱਤਾ ਤਾਂ ਸੁਪਨੇ ਵਿੱਚ ਨਿਰੰਕਾਰ ਨੇ ਇਸ ਦਾ ਸ਼ੰਕਾ ਦੂਰ ਕੀਤਾ ਉਸ ਰਸੋਈਏ ਦੀ ਆਤਮਾ मुੰਚੀ ਦੇ ਸੁਪਨੇ ਵਿੱਚ ਉਸ ਦਾ ਪਰਮਖੰਡਨ ਲਈ ਆਈ ਤੇ ਕਹਿਣ ਲੱਗੀ ਕਿ ਤੋ ਤੁਹਾਡੀ ਤਸ਼ੱਲੀ ਵਾਸਤੇ ਮੈਨੂੰ ਨਿਰੰਕਾਰ ਨੇ ਭੇਜਿਆ ਹੈ ਤੁਸੀਂ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਪਾ ਰਹੇ ਸੀ ਮੈਂ ਲੰਮਾ ਪਿਆ ਸੁਣ ਰਿਹਾ ਸਾਂ ਉਸ ਦੇ ਸਦਕਾ ਮੈਨੂੰ ਸੱਚਖੰਡ ਵਿੱਚ ਜਗ੍ਹਾ ਮਿਲੀ ਹੈ ਮੇਰੇ ਪ੍ਰਾਨ ਨਿਕਲੇ ਉਸ ਸਮੇਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ ਮੇਰੇ ਕੰਨਾਂ ਵਿੱਚ ਇਸ ਪਵਿੱਤਰ ਬਾਣੀ ਦੀਆਂ ਪੰਕਤੀਆਂ ਪੈਣ ਕਾਰ ਮੈਨੂੰ ਨਿਰੰਕਾਰ ਨੇ ਸਰਵ ਉੱਚ ਪਦਵੀ ਬਖਸ਼ੀ ਹੈ ਇਸ ਬਾਣੀ ਸਦਕਾ ਮੇਰਾ ਆਉਣਾ ਜਾਣਾ ਕੱਟਿਆ ਗਿਆ ਹੈ ਜਨਮ ਮਰਨ ਕਟਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ